ਗੈਰੀ ਸੰਧੂ ਪੰਜਾਬੀ 뮤직 ਇੰਡਸਟਰੀ ਵਿੱਚ ਆਪਣੀ ਗਾਇਕੀ ਅਤੇ ਜੈਸਮੀਨ ਸੈਂਡਲਾਸ ਨਾਲ ਪਿਆਰ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹਿੰਦੇ ਨੇ, ਪਰ ਗੁਰਮੁਖ ਤੋਂ ਗੈਰੀ ਅਤੇ ਗੈਰੀ ਸੰਧੂ ਦੇ ਗਾਇਕ ਬਣਨ ਤੱਕ ਦਾ ਸਫ਼ਰ ਕੋਈ ਨਹੀਂ ਜਾਣਦਾ। ਚਲੋ ਇੱਕ ਝਾਤ ਮਾਰਦੇ ਹਾਂ ਉਹਨਾਂ ਦੀ ਲੰਘ ਚੁੱਕੀ ਜ਼ਿੰਦਗੀ ਤੇ ਅਤੇ ਉਹਨਾਂ ਦੇ ਗਾਇਕ ਬਣਨ ਤੱਕ ਦੇ ਸਫ਼ਰ। ਗੈਰੀ ਸੰਧੂ ਦਾ ਅਸਲ ਨਾਮ ਗੁਰਮੁਖ ਸਿੰਘ ਸੰਧੂ ਹੈ ਅਤੇ 4 ਅਪ੍ਰੈਲ 1984 ਨੂੰ ਉਹਨਾਂ ਦਾ ਜਨਮ ਜਲੰਧਰ ਗੁਰਾਇਆਂ ਦੇ ਰੁੜਕਾ ਕਲਾਂ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਹੋਇਆ। 2002 ਵਿੱਚ ਗੈਰੀ ਸੰਧੂ 10ਵੀਂ ਵਿੱਚੋਂ ਫੇਲ ਹੋ ਜਾਣ ਤੋਂ ਬਾਅਦ ਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦੇ ਨੇ ਅਤੇ ਕਿਸੇ ਤਰੀਕੇ ਇੱਕ ਇਮੀਗ੍ਰੇਸ਼ਨ ਏਜੰਟ ਦੇ ਤਾਲੁਕ ਵਿੱਚ ਆ ਜਾਂਦੇ ਨੇ। ਉਸ ਏਜੰਟ ਨੂੰ ਮਿਲਣ ਤੋਂ ਬਾਅਦ ਗੈਰੀ ਕਰੀਬ 17 ਸਾਲ ਦੀ ਉਮਰ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਇੰਗਲੈਂਡ ਪਹੁੰਚ ਗਏ, ਜਿੱਥੇ ਜਾ ਕੇ ਗੈਰੀ ਸੰਧੂ ਨੇ ਲੇਬਰ ਵਾਲੇ ਕੰਮ ਕੀਤੇ, ਪਰ ਕਿਤੇ ਨਾ ਕਿਤੇ ਗੈਰੀ ਦੇ ਅੰਦਰ ਦਾ ਗਾਇਕ ਉਸ ਨੂੰ ਟਿਕਣ ਨਹੀਂ ਸੀ ਦੇ ਰਿਹਾ। ਇਸੇ ਕਰਕੇ ਗੈਰੀ ਆਪਣੀ ਕਮਾਈ ਦਾ ਕਾਫੀ ਹਿੱਸਾ 뮤직 ਵਿੱਚ ਹੀ ਖਰਚ ਕਰ ਦਿੰਦਾ ਸੀ। ਇਸ ਮਗਰੋਂ ਲਗਾਤਾਰ 8 ਸਾਲ ਦੀ ਮਿਹਨਤ ਅਤੇ ਮੁਸ਼ਕਤ ਤੋਂ ਬਾਅਦ ਗੈਰੀ ਨੇ 2010 ਵਿੱਚ ਆਪਣਾ ਪਹਿਲਾ ਗਾਣਾ ਮੈਂ ਨੀ ਪੀਂਦਾ ਹਾਂ ਦੀਏ ਤੇਰਾ ਇਸ਼ਕ ਪਲਾਉਂਦਾ ਏ ਆਮ ਜਨਤਾ ਦੇ ਰੂਬਰੂ ਕੀਤਾ। ਇਸ ਐਲਬਮ ਦੇ ਸਾਰੇ ਗੀਤ ਗੈਰੀ ਸੰਧੂ ਨੇ ਖੁਦ ਲਿਖੇ ਅਤੇ ਗਾਏ ਸਨ। ਗੈਰੀ ਸੰਧੂ ਨੂੰ ਗੀਤਕਾਰ ਵੱਲੋਂ ਧੋਖਾ ਮਿਲਣ ਤੇ ਉਹਨਾਂ ਨੇ ਆਪ ਹੀ ਗੀਤ ਲਿਖਣਾ ਸ਼ੁਰੂ ਕਰ ਦਿੱਤਾ। ਆਪਣੇ ਗਾਇਕੀ ਦੇ ਕੈਰੀਅਰ ਵਿੱਚ ਗੈਰੀ ਸੰਧੂ ਨੇ ਕਵਿਸ਼ਰੀ ਦੀ ਤਾਲੀਮ ਗੁਰਦੀਪ ਸਿੰਘ ਤੋਂ ਲਈ। 2010 ਵਿੱਚ ਗੈਰੀ ਨੂੰ ਇੰਗਲੈਂਡ ਤੋਂ ਡਿਪੋਰਟ ਕਰ ਦਿੱਤਾ ਗਿਆ ਕਿਉਂਕਿ ਗੈਰੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੰਗਲੈਂਡ ਵਿੱਚ ਰਹਿ ਰਹੇ ਸਨ ਅਤੇ ਡਿਪੋਰਟ ਕਰਨ ਤੋਂ ਪਹਿਲਾਂ ਗੈਰੀ ਨੂੰ 4 ਦਿਨ ਦੇ ਲਈ ਜੇਲ੍ਹ ਵਿੱਚ ਬੰਦ ਵੀ ਕੀਤਾ ਗਿਆ, ਜਿੱਥੇ ਬੈਠ ਕੇ ਉਹਨੇ ਇੱਕ ਹੋਰ ਮਸ਼ਹੂਰ ਗੀਤ ਦਿਨ ਰਾਤ ਸੋਹਣਿਆ ਵੇ ਤੇਰੀ ਯਾਦ ਸਤਾਵੇ ਲਿਖਿਆ। ਦਿਨ ਰਾਤ ਸੋਹਣਿਆ ਇਹ ਨਹੀਂ, ਗੈਰੀ ਸੰਧੂ ਨੇ ਉਸ ਸਮੇਂ ਯੂਟਿਊਬ ਤੇ ਫਰੈਸ਼ੀ ਨਾਮ ਦੀ ਇੱਕ ਵੀਡੀਓ ਵੀ ਅਪਲੋਡ ਕੀਤੀ ਜਿਸ ਵਿੱਚ ਉਹਨਾਂ ਵੱਲੋਂ ਕੁਝ ਗਾਣੇ ਗਾਏ ਗਏ ਸਨ। ਇੰਗਲੈਂਡ ਤੋਂ ਡਿਪੋਰਟ ਹੋਣ ਮਗਰੋਂ ਇੱਕ ਅਫਵਾਹ ਇਹ ਵੀ ਉੱਠੀ ਕਿ ਗੈਰੀ ਸੰਗੀਤ ਜਗਤ ਤੋਂ ਰੁਖਸਤੀ ਲੈ ਰਹੇ ਨੇ, ਪਰ ਇਸ ਅਫਵਾਹ ਨੂੰ ਝੂਠਾ ਸਾਬਿਤ ਕਰਦਾ 1 ਸਤੰਬਰ 2011 ਨੂੰ ਗੈਰੀ ਨੇ ਬ੍ਰਿਕਸ ਨਾਮ ਦਾ ਗਾਣਾ ਆਪਣੇ ਸਰੋਤਿਆਂ ਦੇ ਰੂਬਰੂ ਕੀਤਾ, ਜਿਸ ਤੋਂ ਮਗਰੋਂ ਗੈਰੀ ਨੇ ਕਾਫੀ ਵਾਹ ਵਾਹ ਖੱਟੀ ਅਤੇ ਉਹਨਾਂ ਦਾ ਇਹ ਗਾਣਾ ਵਰਲਡ ਵਾਈਡ ਚਾਰਟ ਤੇ ਨੰਬਰ 1 ਵੀ ਸੀ। ਇਹ ਨਹੀਂ, ਗੈਰੀ ਸੰਧੂ ਨੂੰ ਇਸ ਗਾਣੇ ਦੀ ਪ੍ਰਸਿੱਧੀ ਲਈ ਬ੍ਰਿਟੇਸ਼ੀਆ ਵੱਲੋਂ ਨਿਊਕਮਰ ਅਤੇ ਬੈਸਟ ਮੇਲ ਐਕਟ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। ਬਸ ਇਸ ਮਗਰੋਂ ਗੈਰੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਆਪਣੇ ਫੈਨਸ ਨੂੰ 1 ਤੋਂ 1 ਸੁਪਰਹਿੱਟ ਗਾਣੇ ਦਿੱਤੇ। ਜੇਕਰ ਗੈਰੀ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਗੈਰੀ ਵਿਆਹੇ ਹੋਏ ਨੇ, ਪਰ ਅੱਜ ਤੱਕ ਉਹਨਾਂ ਨੇ ਆਪਣੀ ਵਾਈਫ ਦਾ ਜ਼ਿਕਰ ਕਦੇ ਨਹੀਂ ਕੀਤਾ। ਇਹ ਨਹੀਂ, ਗੈਰੀ ਜੈਸਮੀਨ ਸੈਂਡਲਾਸ ਨਾਲ ਆਪਣੇ ਲਵ ਅਫੇਅਰ ਕਰਕੇ ਵੀ ਸੁਰਖੀਆਂ ਵਿੱਚ ਰਹੇ। ਜੈਸਮੀਨ ਸੈਂਡਲਾਸ ਗੈਰੀ ਨਾਲ ਆਪਣੇ ਪਿਆਰ ਦੀਆਂ ਪਿੰਗਾਂ ਨੂੰ ਸਨੈਪਚੈਟ ਸਟੋਰੀ ਵਿੱਚ ਜੱਗ ਜ਼ਾਹਰ ਕਰਦੀ ਰਹੀ ਹੈ, ਪਰ ਹੁਣ ਇਹਨਾਂ ਦੋਨਾਂ ਵਿੱਚ ਤਕਰਾਰ ਵੱਧ ਗਈ ਹੈ ਅਤੇ ਇਹਨਾਂ ਦਾ ਬ੍ਰੇਕਅਪ ਵੀ ਹੋ ਗਿਆ ਹੈ। ਅੱਜ ਕੱਲ੍ਹ ਗੈਰੀ ਵੱਖ ਵੱਖ ਥਾਵਾਂ ਤੇ ਸ਼ੋਅ ਕਰ ਰਹੇ ਨੇ। ਗੈਰੀ ਸੰਧੂ ਨੇ ਆਪਣੀ ਗਾਇਕੀ ਨਾਲ ਤਾਂ ਲੋਕਾਂ ਦਾ ਦਿਲ ਜਿੱਤਿਆ ਹੀ, ਪਰ ਨਾਲ ਹੀ ਰੋਮੀਓ ਰਾਂਝਾ ਵਿੱਚ ਆਪਣੀ ਅਦਾਕਾਰੀ ਨਾਲ ਵੀ ਲੋਕਾਂ ਦਾ ਮਨੋਰੰਜਨ ਕੀਤਾ। ਉਮੀਦ ਕਰਦੇ ਹਾਂ ਗੈਰੀ ਸੰਧੂ ਇਸੇ ਤਰ੍ਹਾਂ ਆਪਣੇ ਫੈਨਸ ਦਾ ਆਪਣੀ ਗਾਇਕੀ ਨਾਲ ਮਨੋਰੰਜਨ ਕਰਦੇ ਰਹਿਣਗੇ ਅਤੇ ਹਮੇਸ਼ਾ ਖੁਸ਼ ਰਹਿਣਗੇ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।